मेरा नाम नरगिस अजीत ते सानू रजा सिस्टर दे नाम तो जानिया जांदा है। ते गायकी सफर दी गल करिए किन्ना समा गया तुहानू गायकी नाल किते परिवार च गौदास जी किस तरह लाइन ते? हां जी मैनू सिंगिंग मैं 7 साल दी सी जद तो मैं शुरू कीती आ ते 12 साल हो गया मैनू सिंगिंग करदी नू ते पहला मेरे पापा जी गाउंदे हुंदे सी ते फिर उहनां वल्लों मैनू शौक पिया ते मैं भी गाउणा शुरू कीता। परिवार दे विच परिवार विच असी 5 मैंबर आ ते मैं ते मेरी छोटी भैन आसमा ते सब तो छोटी जैनिफर ते मेरे मम्मी पापा। मेरे पापा पेंट दा काम करदे ने ते मम्मा मेरे घरे प्रेस दा काम करदे लोकां दे घरां दे कपड़े प्रेस करदे ने। क्योंकि सूफियाना असी इसलिए चुनिया कि सानू ए लाइन बहुत ही वधिया लगदी है ते बाकी फकरां फकीरां दी लाइन सानू ਵਧੀਆ ਲੱਗਦੀ ਇਸ ਕਰਕੇ ਅਸੀਂ ਸੂਫੀਆਨਾ ਚੁਣਿਆ ਸੀ। ਰਿਸ਼ਤੇਦਾਰਾਂ ਤੇ ਬਹੁਤ ਕੁਛ ਕਿਹਾ ਜੀ ਕਾਫੀ ਮਿਹਣੇ ਮਾਰੇ ਵੀ ਕਿਹੜੀ ਲਾਈਨ ਚ ਪਾ ਦਿੱਤਾ ਆ ਇੱਦਾਂ ਉੱਦਾਂ ਬਾਕੀ ਚਲੋ ਤੁਹਾਨੂੰ ਪਤਾ ਰਿਸ਼ਤੇਦਾਰ ਤਾਂ ਕਹਿੰਦੇ ਰਹਿੰਦੇ ਆ ਬਾਕੀ ਜੋ ਆਪਣਾ ਸਾਡਾ ਏਮ ਆ ਸਿੰਗਰ ਬਣਨ ਦਾ ਉਹ ਅਸੀਂ ਰਿਸ਼ਤੇਦਾਰਾਂ ਕਰਕੇ ਖਰਾਬ ਨਹੀਂ ਕਰ ਸਕਦੇ। ਹਾਂਜੀ ਬਿਲਕੁਲ ਜੀ ਸਾਰੇ ਕਹਿੰਦੇ ਨੇ ਕਿ ਤੁਹਾਡੀ ਵੋਇਸ ਜੋਤੀ ਜੀ ਦੇ ਨਾਲ ਮਿਲਦੀ ਆ ਤੇ ਤੁਸੀਂ ਉਹਨਾਂ ਵਾਂਗ ਗਾਉਂਦੇ ਹੋ ਬਾਕੀ ਚਲੋ ਉਹਨਾਂ ਵਾਂਗ ਅਸੀਂ ਗਾਉਂਦੇ ਨਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਤੁਹਾਡਾ ਨਾਮ ਕੀ ਹੈ? ਮੇਰੇ ਗੁਰੂ ਜੀ ਮਾਸਟਰ ਲਾਲ ਜੀ ਜਿਨ੍ਹਾਂ ਤੋਂ ਮੈਂ ਤਾਲੀਮ ਹਾਸਲ ਕੀਤੀ ਹੈ ਜੀ। ਦੋਨੋਂ ਪੈਣਾ ਹੀ ਹੋ ਤੁਸੀਂ? ਹਾਂਜੀ ਅਸੀਂ ਦੋਨੋਂ ਹੀ ਗਾਉਂਦੇ ਹਾਂ। ਸਟੇਜ ਲਾਉਂਦੇ ਹੋ ਤਾਂ ਕਿੰਨਾ ਕੁ ਮੰਨਦੇ ਆ? ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜੀ। ਸਾਰੀ ਪਬਲਿਕ ਕਹਿੰਦੇ ਹੁੰਦੇ ਕਿ ਇੱਕ ਜਿਹੜੀ ਆਡੀਅੰਸ ਹੁੰਦੀ ਰੱਬ ਦਾ ਰੂਪ ਹੁੰਦੀ ਆ ਤੇ ਉਹਦੇ ਕਰਕੇ ਅਸੀਂ ਹੌਲੀ ਹੌਲੀ ਆਪਣਾ ਨਾਮ ਲੈਵਲ ਅੱਗੇ ਵਧਾ ਸਕਦੇ ਹਾਂ ਤੇ ਪਬਲਿਕ ਹੀ ਆ ਜਿਹੜੀ ਚੜਾ ਦਿੰਦੀ ਆ। ਬਸ ਜੀ ਮੈਂ ਆਹੀ ਕਹਿਣਾ ਚਾਹਾਂਗੀ ਕਿ ਜਿੱਦਾਂ ਤੁਸੀਂ ਦੂਸਰੇ ਸਿੰਗਰਾਂ ਨੂੰ ਪਿਆਰ ਕਰਦੇ ਹੋ ਤੇ ਸਾਨੂੰ ਵੀ ਪਿਆਰ ਦਿਓ ਉੱਦਾਂ ਹੀ ਤੇ ਉੱਦਾਂ ਹੀ ਮਾਨ ਸਤਿਕਾਰ ਦਿਓ। ਥੈਂਕ ਯੂ ਸੋ ਮੱਚ ਜੀ। ਹਾਂਜੀ ਮੇਰਾ ਨਾਮ ਮਾਸਮਾ ਹੈ ਤੇ ਸਾਨੂੰ ਰਜਾ ਸਿਸਟਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਹਾਂਜੀ ਜਦੋਂ ਅਸੀਂ ਲਾਈਵ ਸ਼ੋਅ ਕਰਦੇ ਹਾਂ ਤੇ ਸਾਨੂੰ ਬਹੁਤ ਪਿਆਰ ਮਿਲਦਾ ਆ ਬਹੁਤ ਸਤਿਕਾਰ ਮਿਲਦਾ ਆ ਲੋਕਾਂ ਵੱਲੋਂ।
ਕਿੰਨੇ ਕੁ ਮਿਹਨਤ ਨਾਲ ਕਿੰਨੀਆਂ ਕੁ ਫਰਕ ਦੇ ਨਾਲ ਤੁਸੀਂ ਗਾਇਕੀ ਸਫਲ ਹੋ ਚਾਹੇ ਹਾਂਜੀ ਸਾਡੇ ਪੇਰੈਂਟਸ ਨੇ ਜਿੰਨੀ ਵੀ ਮਿਹਨਤ ਕੀਤੀ ਸਾਡੇ ਪੇਰੈਂਟਸ ਨੇ ਕੀਤੀ ਅਤੇ ਉਹਨਾਂ ਦੀ ਮਿਹਨਤ ਕਰਕੇ ਅੱਜ ਅਸੀਂ ਇਸ ਮੁਕਾਮ ਤੱਕ ਪਹੁੰਚੇ ਹਾਂ। ਤੁਹਾਡੇ ਉਸਤਾਦ ਬਾਰੇ? ਮੇਰੇ ਉਸਤਾਦ ਮੇਰੇ ਵੱਡੇ ਭੈਣ ਨੇ, ਮੈਂ ਉਹਨਾਂ ਤੋਂ ਇਹੀ ਤਾਲੀਮ ਹਾਸਿਲ ਕੀਤੀ ਹੈ। ਹਾਂਜੀ ਸੁਪਿਆਨਾ ਹੀ ਚੁਣਿਆ ਤੁਸੀਂ ਜਾਂ ਹੋਰ ਵੀ ਸੁਣਾਓ? ਨਸੀਂ ਅਸੀਂ ਸੁਣਦੇ ਤਾਂ ਹਾਂ, ਦੂਜੇ ਸੌਂਗ ਵੀ ਸੁਣਦੇ ਆ, ਪਰ ਸਾਨੂੰ ਸੂਫੀਆਨਾ ਗਾਉਣਾ ਵਧੀਆ ਲੱਗਦਾ ਆ, ਇਸ ਲਈ ਅਸੀਂ ਇਹੀ ਲਾਈਨ 'ਚ। ਪਿਛਲਾ ਪਿਛੋਕੜ ਕਿਹੜਾ ਪਿੰਡ ਕਿੱਥੋਂ? ਅਸੀਂ ਖੇਮਕਰਨ ਤੋਂ ਆ ਪਿੱਛੋਂ। ਹਾਂਜੀ ਤੁਹਾਡੀ ਤਾਲੀਮ ਬਾਰੇ ਜਾਣਨਾ ਚਾਹੁੰਦੇ, ਪੜ੍ਹਾਈ ਬਾਰੇ? ਕਿੰਨੀ ਪੜ੍ਹਾਈ? ਮੈਂ ਹੁਣ +1 ਕਲੀਅਰ ਕਰ ਰਹੀ ਹਾਂ। ਹਾਂਜੀ ਕਿਹੜੇ ਹਾਲਾਤਾਂ ਵਿੱਚ ਲੰਘ ਕੇ ਆਏ ਜੀ, ਕਿਸ ਤਰ੍ਹਾਂ ਦੇ ਹਾਲਾਤ ਜ਼ਿੰਦਗੀ ਵਿੱਚ ਦੇਖੇ ਨੇ? ਹਾਲਾਤ ਤਾਂ ਬੜੇ ਮਤਲਬ ਮਾੜੇ ਸੀਗੇ, ਅਤੇ ਹੌਲੀ ਹੌਲੀ ਸਾਡਾ ਵਧੀਆ ਸਰਕਲ ਬਣਦਾ ਗਿਆ ਅਤੇ ਹੌਲੀ ਹੌਲੀ ਸਾਡਾ ਵਧੀਆ ਹੋ ਗਿਆ। ਸੁਪਨਾ ਜੀ? ਸੁਪਨਾ ਬਸ ਇਹੀ ਆ ਕਿ ਅਸੀਂ ਵੀ ਵਧੀਆ ਸਿੰਗਰ ਬਣੀਏ, ਦੁਨੀਆ 'ਤੇ ਸਾਡਾ ਵੀ ਨਾਮ ਹੋਵੇ ਅਤੇ ਆਪਣੇ ਮਾਂ ਪਿਓ ਨੂੰ ਖੁਸ਼ ਰੱਖੀਏ। ਮੈਂ ਜਾਣਾ ਬੜੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਹ ਲੋਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਅਮਨ ਜੀ ਸਮਰਾਟ 98728-0153।